ਸਸ਼ਕਲ ਦੋਸਤੋ ਤੁਸੀਂ ਵੇਖ ਰਹੇ ਹੋ ਸਾਡਾ ਟੀਵੀ ਯੂਐਸ ਤੋਂ ਹੋਂ ਦੀ ਵੱਡੀ ਖਬਰ ਹੈ ਇੰਡੀਆ ਦੇ ਵਿੱਚ ਡਾਕਟਰ ਨੇ ਕਰਤਾ ਅਜਿਹਾ ਕਾંડ ਸੁਣ ਦੁਨੀਆ ਦੇ ਡਾਕਟਰਾਂ ਦੇ ਉੱਡੇ ਹੋਸ਼ ਤੋਂ ਨੂੰ ਦੱਸਦੇ ਇਹ ਘਟਨਾ ਗੁਜਰਾਤ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਮਰੀਜ਼ ਨੂੰ ਕਿਡਨੀ ਦੇ ਵਿੱਚ ਪਥਰੀ ਦਾ ਆਪਰੇਸ਼ਨ ਕਰਵਾਉਣ ਲਈ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ ਸੀ ਤੇ ਵਿਅਕਤੀ ਦੇ ਮਈ 2011 ਵਿੱਚ 14 ਮਿਲੀਲੀਟਰ ਦੀ ਪਥਰੀ ਖੱਬੇ ਗੁਰਦੇ ਵਿੱਚ ਪਾਈ ਗਈ ਸੀ ਕਿਉਂਕਿ ਜਦੋਂ ਗੁਜਰਾਤ ਦੇ ਇੱਕ ਪਿੰਡ ਵਿੱਚ ਰਹਿਣ ਵਾਲੇ ਦਵਿੰਦਰ ਭਾਈ ਰਾਵਲ ਨੂੰ ਜਦੋਂ ਉਹਨੂੰ ਪ੍ਰੋਬਲਮਸ ਆਉਂਦੀਆਂ ਸੀ ਪਿੱਠ ਦਰਦ ਦੀ ਉਹਨੂੰ ਸਮੱਸਿਆ ਆਉਂਦੀ ਸੀ ਤਾਂ ਉਹਨਾਂ ਦੇ ਗੁਰਦੇ ਵਿੱਚ ਪਥਰੀ ਹੋਣ ਦਾ ਖੁਲਾਸਾ ਹੋਇਆ ਸੀ ਤੇ ਜਿਸ ਤੋਂ ਬਾਅਦ 3 ਸਤੰਬਰ 2011 ਨੂੰ ਉਹਨਾਂ ਦਾ ਇੱਕ ਹਸਪਤਾਲ ਵੱਲੋਂ ਆਪਰੇਸ਼ਨ ਕੀਤਾ ਗਿਆ ਸੀ ਜਿੱਥੇ ਡਾਕਟਰ ਦੇ ਵੱਲੋਂ ਪਥਰੀ ਦੀ ਜਗ੍ਹਾ ਤੇ ਗੁਰਦਾ ਕੱਟ ਦਿੱਤਾ ਗਿਆ ਸੀ ਮਰੀਜ਼ ਦੀ ਹਾਲਤ ਗੰਭੀਰ ਹੋਣ ਤੇ ਉਸ ਨੂੰ ਕਿਡਨੀ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਜਿਸ ਤੋਂ ਬਾਅਦ ਅੰਮਦਾਬਾਦ ਲਿਜਾਇਆ ਗਿਆ ਤੇ ਜਿੱਥੇ ਉਹਨਾਂ ਨੂੰ 8 ਜਨਵਰੀ 2012 ਨੂੰ ਮੌਤ ਹੋ ਗਈ ਜਿਸ ਤੋਂ ਬਾਅਦ ਉਹਨਾਂ ਦੀ ਵਿਧਵਾ ਪਤਨੀ ਵੱਲੋਂ ਡਾਕਟਰ ਵੱਲੋਂ ਕਿਡਨੀ ਕੱਢੇ ਜਾਣ ਦੇ ਸਮੇਂ ਵਰਤੀ ਗਈ ਅਣਗਹਿਲੀ ਨੂੰ ਹੀ ਉਹਨਾਂ ਦੇ ਪਤੀ ਦੀ ਮੌਤ ਦਾ ਜ਼ਿੰਮੇਵਾਰ ਠਰਾਂਉਂਦੇ ਹੋਏ ਖਾਪਤਕਾਰ ਵਿਵਾਦ ਨਿਰਮਾਣ ਕਮਿਸ਼ਨ ਕੋਲ ਪਹੁੰਚ ਕੀਤੀ ਗਈ ਸੀ ਤੇ ਜਿਸ ਤੋਂ ਬਾਅਦ ਜਾਂਚ ਵਿੱਚ ਪਾਇਆ ਗਿਆ ਕਿ ਇਸ ਸਾਰੀ ਘਟਨਾ ਲਈ ਡਾਕਟਰ ਜ਼ਿੰਮੇਵਾਰ ਹੈ ਜਿਸ ਵੱਲੋਂ ਪਰਿਵਾਰ ਨੂੰ ਬਿਨੰਦ ਅਸੀਂ ਗੁਰਦਾ ਘਟਿਆ ਗਿਆ ਤਾਂ ਜਿਸ ਤੋਂ ਬਾਅਦ ਹੁਣ ਮ੍ਰਿਤਕ ਦੀ ਪਤਨੀ ਨੂੰ ਹਸਪਤਾਲ ਦੇ ਵੱਲੋਂ 11.23 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਗਿਆ ਉੱਥੇ ਹੀ ਹਸਪਤਾਲ ਦੇ ਵੱਲੋਂ ਗਲਤ ਤਰੀਕੇ ਨਾਲ ਮਰੀਜ਼ ਦਾ ਇਲਾਜ ਕਰਨ ਵਾਲੇ ਉੱਪਰ ਇਹ ਜੁਰਮਾਨਾ ਲਗਾਇਆ ਗਿਆ ਤਾਂ ਦੋਸਤੋ ਇਸ ਵੇਲੇ ਦੀ ਵੱਡੀ ਅਪਡੇਟ ਹੈ ਇਸੇ ਤਰ੍ਹਾਂ ਦੀਆਂ ਕੁਝ ਨਵੀਆਂ ਖਬਰਾਂ ਸੁਣਨ ਦੇ ਲਈ ਵੇਖਦੇ ਰਹੋ ਸਾਡਾ ਟੀਵੀ ਯੂਐਸਏ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ